सिख आ सिंह वो कि भगौड़ा नहीं हुंदा। अमृतपाल सिंह ने गिरफ्तारी देनी सी, अज भज्या फिरदा लुकिया फिरदा उहदे वास्ते माड़ी गल आ। जे उन्हें लड़ाई लड़नी सी तां सीधा होके लड़दा, ठीक है। कदे जिहड़ा खालसा लुकदा नहीं वो सिर मत्थे मिलदा। ਬਲਕਰ ਜੀ, ਦਿੱਲੀ ਪਹੁੰਚੇ ਹੋ, ਅੱਜ ਸ਼ਹੀਦ ਦਿਵਸ ਵੀ ਹੈ, ਕਿਵੇਂ ਦੇਖ ਰਹੇ ਹਾਂ? ਦੇਖੋ, ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਅਤੇ ਸ਼ਹੀਦੇ ਅੱਜ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ, ਰਾਜਗੁਰੂ ਸੁਖਦੇਵ ਜੀ, ਅੱਜ ਦੇ ਦਿਨ 23 ਮਾਰਚ ਨੂੰ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀਗਾ, ਉਹਨਾਂ ਦੀ ਸ਼ਹਾਦਤ ਕਰਕੇ ਅਸੀਂ ਅੱਜ ਖੁਸ਼ੀਆਂ ਅਤੇ ਸੁੱਖ ਮਾਣ ਰਹੇ ਹਾਂ। ਸਲਾਮ ਆ ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ। ਅਗਲੀ ਗੱਲ ਇਹ ਆ ਵੀ ਸ਼ਹੀਦੇ ਅੱਜ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੇ ਦਿਹਾੜੇ 'ਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਨੇ ਅਤੇ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਮਹਾਨ ਸ਼ਹੀਦ ਦੇ ਨਾਮ 'ਤੇ ਨਵਾਂ ਏਅਰਪੋਰਟ ਐਲਾਨਿਆ। ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਏਅਰਪੋਰਟ ਹਲਵਾਰੇ ਜਿਹੜਾ ਬਣ ਜਾ ਰਿਹਾ, ਕਿਉਂਕਿ ਜਿਹੜੇ ਸ਼ਹੀਦ ਆ ਇਹ ਉਹ ਮਹਾਨ ਲੋਕ ਆ ਜਿਹੜੇ ਇਹ ਕਹਿ ਕੇ ਗਏ ਆ ਜਦ ਵੀ ਜਨਮ ਲਈਏ ਅਸੀਂ ਦੇਸ਼ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰੀਏ। ਉਹਨਾਂ ਵਿੱਚੋਂ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਹੋਰ ਸਾਡੇ ਸ਼ਹੀਦ ਸਾਰਿਆਂ ਨੂੰ ਇੱਕ ਵਾਰ ਫਿਰ ਸਲਾਮ ਹੈ, ਸਲਾਮ ਹੈ। ਇੱਕ ਗੱਲ ਕਹਿੰਦੇ ਹੁੰਦੇ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਕਹਿੰਦੇ ਸੇਵਾ ਦੇਸ਼ ਦੀ ਜਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਿਕੱਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਉਹਨਾਂ ਨੇ ਮੁਸੀਬਤਾਂ ਚੱਲੀਆਂ, ਖੁਸ਼ ਹੋ ਕੇ ਮੁਸੀਬਤਾਂ ਚੱਲੀਆਂ ਅਤੇ ਸਾਨੂੰ ਖੁਸ਼ੀਆਂ ਅਤੇ ਸੁੱਖ ਦੇ ਕੇ ਗਏ ਆ। ਆਜ਼ਾਦੀ ਦਾ ਨਿੱਘ ਮਾਣ ਰਹੇ ਇਹਨਾਂ ਸ਼ਹੀਦਾਂ ਦੇ ਕਰਕੇ, ਸਲਾਮ ਹੈ। ਲੇਕਿਨ ਜਿਸ ਤਰੀਕੇ ਸੇ ਦਿੱਲੀ ਕੇ ਅੰਦਰ ਪੋਸਟਰ ਵਾਰ ਸ਼ੁਰੂ ਹੋ ਚੁੱਕਾ ਹੈ, ਆ ਜੰਤਰ ਮੰਤਰ ਵੀ ਆਪ ਲੋਕ ਜਾ ਰਹੇ ਹੈ, ਇੱਕ ਰੈਲੀ ਕਾ ਧਰਨੇ ਪੂਰਨ ਇੱਕ ਜਨ ਸਭਾ ਕਾ ਆਯੋਜਨ ਕੀਆ ਜਾ ਰਹਾ ਹੈ। ਇਹ ਪੋਸਟਰ ਮੈਨੂੰ ਨਹੀਂ ਪਤਾ ਕਦੇ ਪੋਸਟਰ ਲੱਗ ਰਹੇ। ਭਾਜਪਾ ਲਗਾ ਰਹੀ ਹੈ, ਆਮ ਆਦਮੀ ਪਾਰਟੀ ਕੇ ਲਗਾ, ਆਮ ਆਦਮੀ ਪਾਰਟੀ ਲਗਾ ਰੱਖਾ ਭਾਜਪਾ ਜੀ। ਦੇਖੋ, ਇਹ ਭਾਜਪਾ ਤਾਂ ਇਹ ਕਹਿ ਰਹੀ ਆ ਵੀ ਜਿਹੜਾ ਪੰਜਾਬ ਹੈ ਅਤੇ ਦਿੱਲੀ ਹੈ, ਇਹ ਜਿੱਥੇ ਮਰਜ਼ੀ ਭੱਜ ਲਏ, ਨਾ ਦਿੱਲੀ ਸਰਕਾਰ ਆਵੇ ਭਾਜਪਾ ਦੀ, ਇੱਥੇ ਵੀ ਆਮ ਆਦਮੀ ਪਾਰਟੀ ਜ਼ਿੰਦਾਬਾਦ, ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜ਼ਿੰਦਾਬਾਦ, ਸਰਦਾਰ ਭਗਤ ਸਿੰਘ ਮਾਨ ਜ਼ਿੰਦਾਬਾਦ। ਕਿਉਂਕਿ ਪੰਜਾਬ ਦੇ ਵਿੱਚ ਜੋ ਕੰਮ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ, ਸਰਦਾਰ ਭਗਤ ਸਿੰਘ ਮਾਨ ਸਾਹਿਬ ਕਰ ਰਹੇ ਨੇ, ਉਹ ਲੋਕ ਅੱਜ ਖੁਸ਼ ਨੇ। ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਵਾਅਦੇ ਕਰਕੇ ਮੁੱਕਰ ਜਾਂਦੀਆਂ ਅਤੇ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਜੋ ਵਾਅਦੇ ਜੋ ਗਰੰਟੀਆਂ ਕੀਤੀਆਂ ਉਹ ਪੂਰੀਆਂ ਕਰਨ ਜਾ ਰਹੇ ਹਾਂ, ਅਤੇ ਇਹ ਲੱਭਦੇ ਮਰ ਜਾਣਗੇ ਕਿ ਸਾਨੂੰ ਸਰਕਾਰ ਮਿਲੂ ਪੰਜਾਬ 'ਚ ਜਾਂ ਦਿੱਲੀ 'ਚੋਂ। ਇਹ ਪੋਸਟਰਾਂ ਕੁਛ ਨਹੀਂ ਚੱਲਣਾ, ਕਿਉਂਕਿ ਲੋਕ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ। ਬਲਕਾਰ ਜੀ, ਨਈ ਨਈ ਵੀਡੀਓ ਅੰਮ੍ਰਿਤਪਾਲ ਕੀ ਆ ਰਹੀ ਹੈ, ਕੈਸੇ ਦੇਖ ਰਹੇ ਹੈ ਜਿਸ ਤਰੀਕੇ ਸੇ ਜੋ ਪੰਜਾਬ ਪੁਲਿਸ ਜੋ ਹੈ ਵੀਡੀਓ ਜਾਰੀ ਕਰ ਰਹੀ ਹੈ? ਤੁਹਾਡੇ ਏਰੀਆ ਵਿੱਚ ਇੰਟਰਨੈਟ ਦੀ ਕੀ ਸਥਿਤੀ ਹੈ? ਨਹੀਂ, ਸਾਡੇ ਚੱਲ ਰਿਹਾ। ਬਾਕੀ ਪਤਾ ਕੀ ਆ ਵੀ ਇਹ ਮਾਹੌਲ ਖਰਾਬ ਕਰਨ 'ਤੇ ਆਏ ਸੀਗੇ। ਮੈਂ ਇੱਕ ਗੱਲ ਆਖੂੰਗਾ ਵੀ ਜਿਹੜਾ ਸਾਡਾ ਸਿੱਖ ਆ ਸਿੰਘ ਆ ਉਹ ਕਿਤੇ ਭਗੌੜਾ ਨਹੀਂ ਹੁੰਦਾ। ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਦੇਣੀ ਸੀਗੀ, ਅੱਜ ਭੱਜਿਆ ਫਿਰਦਾ ਲੁਕਿਆ ਫਿਰਦਾ ਉਹਦੇ ਵਾਸਤੇ ਮਾੜੀ ਗੱਲ ਆ, ਕਿਉਂਕਿ ਜੇ ਉਹਨੇ ਲੜਾਈ ਲੜਨੀ ਸੀ ਤਾਂ ਸਿੱਧਾ ਹੋ ਕੇ ਲੜਦਾ, ਠੀਕ ਆ। ਕਦੇ ਜਿਹੜਾ ਖਾਲਸਾ ਲੁਕਦਾ ਨਹੀਂ ਉਹ ਸਿਰ ਮੱਥੇ ਮਿਲਦਾ।